अस्सलाम वालेकुम, सत श्री अकाल। तुसीं वेख रहे हो पंजाबी लहर और मैं तुहाडा वीर भुपिंदर सिंह लवली। इस वेले असीं बैठे हाँ जी ननकाणा साहब दे विच। साडे नाल मौजूद ने एक बजुर्ग, सो इन्हां नाल गलबात दी सांझ करदे हां। बाबा जी की हाल चाल ने? ठीक है जी, ठीक आ। तबीयत से ठीक है तुहाडी? करम हां जी। बजुर्गो की नाम तुहाडा? तुहाडा नाम मोहम्मद रफीक। मोहम्मद रफीक। ते तुहाडे वालिद साहब दा? साडे वालिद साहब दा इब्राहिम सी। इब्राहिम सी। होर होर होर। अच्छा, दादा जी दा नाम याद आ? पिंड किदां दा सी? अच्छा, ते किड्डी उम्र सी ताड़ी जदों आए उधरों? असीं निक जाए, छोटे छोटे सीगे। ते लागे लागे पिंडां दे नाम की सीगे? पिंडां दा नाम सीगे सरदार जी। सानूं इहना दा पता हो ना, उदां ना कंटियां सीआं गुजरां दीआं, इहना पिंड निक्के निक्के सी। अच्छा, मेहंदीपुर सी। मेहंदीपुर, सही। उधरों फिर दो तीन चार पिंड ना, मैं उदों बहुत निक्का सी। अच्छा, ते उहदे ना मैं दो बार गया हुशियारपुर अपनी अम्मी ने। अच्छा, दो बारी बाद च गए हो? हुशियारपुर नहीं, उत्थे गए सी उदों ही। अच्छा अच्छा, हुशियारपुर गए। साडा 8 दिन जुमा बाजार लगदा सी उत्थे। अच्छा, सानू अंग्रेजां ने जगह दित्ती सी। अच्छा हां, हुशियारपुर दे विच कमेटी दी जगह सी, उत्थे खुले भांडे विकदे सी जुमा बाजार च। अच्छा, 8 दिन जुमा बाजार लगदा सी सरदार जी, उत्थे खुले भांडे विकदे सी। सही हो गया। हां, ओहे ना साडा बाबा कहिंदा असीं नहीं यार उठना, असीं पंजाब च बैठे हां। ਆਪਾਂ ਬੈਠੇ ਕਿੱਥੇ ਆ? ਬੈਠੇ ਨਨਕਾਣੇ। ਹੋਰ ਕਿੱਥੇ? ਨਨਕਾਣਾ ਸਾਹਿਬ ਅਲੱਗ ਹੀ ਗੁਰਦੁਆਰਾ? ਹਾਂ, ਨਾਲ ਹੀ ਹੈ। ਅੱਛਾ ਅੱਛਾ ਅੱਛਾ, ਨਾਲ ਹੀ ਗੁਰਦੁਆਰਾ। ਹੁਣ ਤੁਸੀਂ ਜਦੋਂ ਦੇ ਆਏ ਹੋ ਇਹੀ ਕੰਮ ਕਰ ਰਹੇ ਹੋ? ਅਸੀਂ ਜੀ ਨਾ ਪਹਿਲਾਂ ਉਧਰ ਵੀ ਇਹੀ ਕੰਮ ਕਰਦੇ ਸੀ। ਅੱਛਾ, ਤੇ ਇਧਰ ਵੀ ਆ ਕੇ ਨਾ। ਤੇ ਪਹਿਲੇ ਤੇ ਬਜ਼ੁਰਗੋ ਇਹਦਾ ਕੰਮ ਬਹੁਤ ਵਧੀਆ ਸੀ, ਹੁਣ ਵੀ ਹੈ ਕੰਮ ਇਹਦਾ? ਕੰਮ ਬਥੇਰਾ ਜੀ ਨਾ। ਕੰਮ ਬਥੇਰਾ ਵਾ? ਆ ਕੜਛੀਆਂ ਦਿੰਦੇ ਅਸੀਂ। ਅੱਛਾ, ਕੜਛੀਆਂ ਨਾ ਜੀ? ਆਹੋ, ਉਹ 250 ਬੰਡਾ 3 ਮਹੀਨੇ ਬਾਅਦ ਦਿੰਦਾ ਆ ਮੱਟੀਆਂ ਜੀਆਂ। ਹਾਂ, ਉਹ ਕੜਛੀ ਵਾਲੇ ਨੇ ਜੋਹਰ ਵਿਛਾਂਦੇ ਬਣਾਉਂਦੇ। ਅਕਰਸ਼ੀ ਕੰਪਨੀ ਹੈਗੀ ਹੈ, ਬਹੁਤ ਵੱਡੀ ਕੰਪਨੀ। ਨਹੀਂ, ਕੰਪਨੀ ਨਹੀਂ, ਮਿਲ ਬੜੀ ਵੱਡੀ ਆ। ਅੱਛਾ, ਹਰੀਪੁਰ, ਹਰੀਪੁਰ ਹਜ਼ਾਰੇ। ਹਰੀਪੁਰ ਹਜ਼ਾਰੇ ਜਾਂਦਾ ਵਾ ਮਾਲ? ਉੱਥੇ ਜਾਂਦਾ। ਨਨਕਾਣਾ ਸਾਹਿਬ ਤੋਂ ਹਰੀਪੁਰ ਹਜ਼ਾਰੇ ਜਾਂਦੇ ਆਉਂਦੇ ਲੈ ਕੇ ਜਾ ਕੇ ਨਾ। ਹਾਂ, ਤੇ ਜਾ ਕੇ ਉਹ ਇੱਥੋਂ ਲੱਦੇ ਐਸਲੇ ਜੂਏ ਦੇ ਨੈਸਲੇ ਉੱਪਰ ਜਾਂਦੇ। ਅੱਛਾ, ਇਹ ਜੋ ਐਸਲੇ ਲੱਦ ਕੇ ਨਾ ਜੂਏ ਦੇ ਨੈਸਲੇ ਉੱਪਰ ਦੇ ਉੱਥੇ। ਅੱਛਾ ਬਜ਼ੁਰਗੋ, ਜਦੋਂ ਆਏ ਉਹ ਰਾਜ ਕਿੱਦਾਂ ਦਾ ਮਾਹੌਲ ਸੀਗਾ? ਰਾਜ ਮਾਹੌਲ ਬਹੁਤ ਖਰਾਬ ਸੀ। ਖਰਾਬ ਸੀ? ਪਤਾ ਕੀ ਜੀ, ਸਰਦਾਰ ਜੀ ਰਾਜ ਹੈ ਨਾ, ਪਹਿਲਾਂ ਤਾਂ ਪਾਣੀ ਆ ਗਿਆ ਦੋ ਵਾਰੀ। ਅੱਛਾ, ਰੋਜ਼ ਰਾਜ ਲੋਕ ਹੜ ਗਏ, ਬਹੁਤ ਕਿਸੇ ਹੜ ਗਏ। ਅੱਛਾ, ਬਹੁਤ ਦੁਨੀਆ ਖਰਾਬ ਹੋਈ। ਸਾਨੂੰ ਤਾਂ ਨਾ ਅੰਬੀਆਂ ਨੇ ਮਾਰੇ ਨਾ, ਅਸੀਂ ਤਾਂ ਦੋ ਦਿਹਾੜੀ ਜਿੱਥੇ ਨੇੜੇ ਸੀ ਤੇ ਆਹੋ ਉਹ ਫਿਰ ਅੰਮ੍ਰਿਤਸਰ ਲੰਘੇ ਨਾ। ਹਾਂ, ਉਹ ਫਿਰ ਸਾਹਮਣੇ ਵੀਜ਼ਾ ਸੀ ਅੰਮ੍ਰਿਤਸਰ। ਅੱਛਾ, ਉੱਥੋਂ ਲੰਘ ਕੇ ਉਹ ਆ ਗਿਆ ਇੱਥੇ ਭਾਈ। ਪਿੰਡਾਂ ਨੂੰ ਚੱਲ ਗਿਆ, ਫਿਰ ਗੋਜਰੇ ਚੱਲ ਗਿਆ ਇੱਥੇ। ਉੱਥੇ 10-12 ਸਾਲ ਰਹੇ। ਸਹੀ ਹੋ ਗਿਆ, ਉੱਥੇ ਆ ਗਏ, ਇੱਥੇ ਆ ਗਏ। ਹਾਂ, ਇੱਥੇ ਸਾਡਾ ਮਾਮਾ ਰਹਿੰਦਾ ਸੀ। ਮਾਮਾ ਰਹਿੰਦਾ ਸੀ? ਹਾਂ, ਨਨਕਾਣਾ ਸਾਹਿਬ ਹੀ ਆਏ ਉੱਥੋਂ ਇੱਥੇ ਲਾਇਆ। ਹੁਣ ਸਾਨੂੰ 12 ਸਾਲ ਹੋ ਗਏ। ਸਹੀ ਹੋ ਗਿਆ, ਸਾਨੂੰ ਨਾ ਜਦੋਂ ਉੱਥੋਂ ਆਇਆ ਨਾ ਗੋਜਰੇ ਤੋਂ। ਹਾਂ ਹਾਂ, ਮੁੜ ਕੇ ਇੱਥੇ ਹੀ ਆ। ਅੱਛਾ, ਗੁਰਦੁਆਰੇ ਦੇ ਨਾਲ ਜੀ? ਹਾਂ, ਗੁਰਦੁਆਰੇ ਦੇ ਨਾਲ ਹੀ ਆਪਾਂ ਰਹਿੰਦੇ ਹਾਂ ਜੀ। ਮੋਗਾ ਮੰਡੀ ਜੀ। ਤੇ ਮੋਗਾ ਮੰਡੀ ਜੀ ਬੜੀ ਨਾ ਹਾਂ ਮੈਂ ਅੱਜ ਜਦੋਂ ਦੇ ਤੁਸੀਂ ਆਏ ਹੋ ਇਹਨੂੰ ਮੋਗਾ ਮੰਡੀ ਕਹਿੰਦੇ ਇਸ ਜਗ੍ਹਾ? ਮੋਗਾ ਮੰਡੀ ਯਾਰ, ਮੋਗਾ ਵਾਲੀ ਸਿੱਖ ਦੀ ਮੰਡੀ ਸੀ। ਅੱਛਾ, ਆਬਾਦ ਸੀ ਇਹ। ਅੱਛਾ, ਸਰਦਾਰ ਜੀ ਕੇ ਫੜ ਬਣੇ ਸੀ ਮੰਡੀ ਲੱਗੀ ਸਾਲ ਦੋ ਸਾਲ ਫਿਰ ਜਾਣੇ ਪੈ ਗਏ। ਅੱਛਾ, ਅੱਗੇ ਫੜ ਬਣੇ ਸੀ ਯਾਰ, ਬੜੀ ਇੱਦਾਂ ਗੋਲ ਚੱਕਰ ਸੀ ਤੇ ਖੂਹ ਸੀ। ਆ ਖੂਹ ਦੇ ਬਾਰੇ ਤਾਂ ਪਤਾ? ਆ ਖੂਹ ਇੱਥੇ ਸੀਗਾ ਨਾ, ਅਸੀਂ ਉੱਥੋਂ ਪਾਣੀ ਪੂਣੀ ਪੀਂਦੇ ਸਾਰੇ ਉੱਥੋਂ, ਫਿਰ ਖੂਹ ਵੀ ਬਰਬਾਦ ਹੋ ਗਿਆ, ਹਰ ਚੀਜ਼ ਬਰਬਾਦ। ਆ ਤਹਿਸੀਲ ਮੋੜ ਦੇ ਇਸ ਪਾਸੇ ਸੀ ਨਾ ਖੂਹ? ਨਹੀਂ, ਆ ਨਾਲ ਹੀ ਆ ਇੱਥੋਂ ਤਿੰਨ। ਅੱਛਾ, ਸਰਦਾਰਾਂ ਦਾ ਘਰ ਨਹੀਂ ਉੱਥੇ ਖੂਹ ਹੀ ਸੀ। ਸਹੀ ਹੋ ਗਿਆ, ਸਹੀ ਹੋ ਗਿਆ।
ਤੇ ਆ ਬਜ਼ੁਰਗੋ ਆਪਣਾ ਇਹ ਕਿੰਨੇ ਕਿਦਾ ਇੱਕ ਵਿਕ ਜਾਂਦਾ ਵਾ ਇਹ ਤਕਰੀਬਨ ਜੀ ਨਾ ਹਾਂ ਇਥੋਂ ਨਾ ਥੋਕ ਜੇ 300 ਦਿੰਦੇ ਸੀ ਨਾ ਇੱਕ 300 ਦਾ ਤੇ ਮਿਹਨਤ ਕਿੰਨੀ ਕੁ ਲੱਗਦੀ ਤੇ ਮੈਂ ਤੈਨੂੰ ਪਤਾ 2-3 ਮਹੀਨੇ ਲੱਗਦੇ ਆ ਕਾਵੀ ਪਾਉਣ ਤੇ 200 ਭਾਂਡਾ ਪੱਕਦਾ 250 ਅੱਛਾ ਸਾਰੇ ਇਕੱਠੇ ਪਾ ਦਿੰਦੇ ਫਿਰ ਹਾਂਜੀ ਇੱਕ ਵਾਰੀ ਪਾ ਕੇ ਨਾ ਉਹਨਾਂ ਨੇ ਦੇਦਾ 2-250 ਭਾਂਡਾ ਸਹੀ ਹੋ ਗਿਆ ਬਾਲਣ ਦਾ ਬੜਾ ਖਰਚਾ ਸਰ ਗਿਆ ਬਾਜ਼ਾਰ ਜੀ ਉਹਨਾਂ ਦੇ ਅੱਛਾ ਬਜ਼ੁਰਗੋ ਜਦੋਂ ਬਜ਼ੁਰਗ ਆ ਗਏ ਇੱਥੇ ਹਾਂ ਤੇ ਫਿਰ ਯਾਦ ਕਰਦੇ ਸੀ ਆਪਣੇ ਵਤਨਾਂ ਨੂੰ ਕਰਦੇ ਸੀਗੇ ਬਜ਼ੁਰਗ ਯਾਦ ਪੱਲੇ ਨਾਲ ਗੱਲ ਬਣਦੀ ਸੀ ਨਹੀਂ ਬਣਦੀ ਸੀ ਆਹੋ ਯਾਰਾ ਸੀਗਾ ਕੋਈ ਦੂਰ ਸੀ ਸਾਡੇ ਇੱਥੋਂ ਬੰਦੇ ਜਾਂਦੇ ਬਾਰ ਸਾਦੇ ਸੀ ਉਹਨੂੰ ਆਹ ਬਾਰ ਚ ਜਾਣਾ ਉਹ ਜਾਂਦੇ ਹੁੰਦੇ 2-4 ਮਹੀਨੇ ਰਹਿ ਕੇ ਆਉਂਦੇ ਬੰਦੇ ਉਦੋਂ ਦਾ ਸਰਦਾਰ ਜੀ ਆਹ ਸੀ ਨਾ ਹੁਣ ਤਾਂ ਪੈ ਜੋ ਇਹ ਇੱਕ ਦੂਏ ਦੇਰ ਪੈ ਗਿਆ ਨਾ ਇਹਨਾਂ ਦਾ ਹੁਣ ਜਾਣਾ ਆਉਣਾ ਸੀ ਲੋਕਾਂ ਨੇ ਕਿ ਅੱਛਾ ਵੈਸੇ ਉੱਥੇ ਉਹ ਇੰਡੀਆ ਚ ਕਿਦਾਂ ਦਾ ਮਾਹੌਲ ਤੁਸੀਂ ਵੇਖਿਆ ਵਾ ਉਧਰ ਭੈਣ ਚ ਬਾਹਰ ਬੂਟੀ ਪੀ ਲਈ ਉਹ ਨਾ ਬਾਹਰ ਆ ਜਾਂਦਾ ਹਾਂ ਸਵਾਗਰਾ ਹੋ ਗਿਆ ਹੁੰਦਾ ਬਾਹਰ ਆ ਬੜਾ ਆਪਸ ਚ 47 ਤੋਂ ਪਹਿਲੇ ਵੰਡ ਤੋਂ ਪਹਿਲੇ ਕਿਦਾਂ ਦਾ ਵਸੇਬ ਸੀ ਰਹਿਣ ਸਹਿਣ ਬੋਲ ਚਾਲ ਬੜਾ ਵਧੀਆ ਵਸੇਬ ਸੀ ਉਧਰ ਤੈਨੂੰ ਕਹਿੰਦੇ ਸੀ ਕਿ ਭੈਣ ਜੋ ਹਰ ਚੀਜ਼ ਆ ਮੁਫਤ ਮਿਲਦੀ ਸੀ ਹਾਂ ਹਾਂ ਅੱਡ ਕੇਲੇ ਹਰੀ ਛਾਲ ਦੇ ਭੈਣ ਜੋ ਸਹੀ ਹੋ ਗਿਆ ਜਿਹੜੀ ਚੀਜ਼ ਸਰਦਾਰ ਜੀ ਨਾ ਹਾਂ ਇੱਕ ਨੰਬਰ ਮਿਲਦੀ ਸਾਨੂੰ ਉਧਰ ਅੱਛਾ ਇਧਰ ਆ ਕੇ ਲੰਬਾ ਇੱਕ ਅੱਖ ਨਹੀਂ ਕੱਢੀ ਅਬਦੁੱਲਾ ਖਾਦੀ ਹੈ ਖਾਕਾ ਉੱਥੇ ਵਗਦੇ ਅਸੀਂ ਹਾਂ ਹੁਣ ਵੀ ਵਧੀਆ ਗੱਲ ਆ ਬਜ਼ੁਰਗੋ 85 ਸਾਲ ਦੀ ਉਮਰ ਦੇ ਵਿੱਚ ਤੁਸੀਂ ਆਪਣਾ ਕਿਰਤ ਕਰ ਰਹੇ ਹੋ ਅੱਜ ਕੱਲ ਦੇ ਚਾਲੀਆਂ ਪਜਾਵਾਂ ਤੇ ਬੱਸ ਹੋ ਜਾਂਦੀ ਹੈ ਹਾਂ ਤੇ ਆ ਸਰਦਾਰ ਕਹਿੰਦੇ ਅਸੀਂ ਤਾਂ ਬਲੈਲਰ ਹਾਂ ਸਾਡੇ ਤੇਰੇ ਪਾ ਦੇ ਕਹਿੰਦਾ ਸੀ ਬਲੈਲਰ ਮੈਂ ਕਿਹਾ ਯਾਰ ਇਹ ਨਹੀਂ ਗੱਲ ਅੱਲਾ ਦੇ ਕੰਮ ਸੋਹਣੇ ਮਾਲਕ ਦੇ ਤੇ ਬਜ਼ੁਰਗੋ ਸਰਦਾਰ ਜੀ ਉਧਰ ਬੜਾ ਮਾਹੌਲ ਸੀ ਅੱਛਾ ਕੀ ਕਰੀ ਪੈਸੇ ਕਿਲੋ ਪੇੜੇ ਖੋਏ ਦੇ ਮਾਨ ਪੈਸੇ ਕਿਲੋ ਪੇੜੇ ਦਿਲ ਕਰਦਾ ਜਾਣ ਨੂੰ ਨਹੀਂ ਜਾਣ ਨੂੰ ਨਹੀਂ ਦਿਲ ਕਰਦਾ ਹਾਂ ਜਾਣਾ ਕੀ ਯਾਰ ਹੈਗਾ ਯਾਰ ਇੱਥੋਂ ਬਸਨ ਜਾਈਏ ਦਿਹਾੜੀ ਤੇ ਬੰਦਾ ਲੈ ਚੱਲ ਜਾਂਦਾ ਆ 5-6 ਘੰਟੇ ਅੱਜ ਤੁਰ ਕੇ ਵੀ ਚੱਲ ਜਾਂਦਾ ਯਾਰ ਆਹੋ ਅੰਮ੍ਰਿਤਸਰ ਲੰਘਿਆ ਨਾਲ ਹੀ ਅੱਜ ਦਾ ਸਹੀ ਸੜਕਾਂ ਲੰਮੀਆਂ ਲੰਮੀਆਂ ਦਿਸਣ ਜੀ ਜਲੰਧਰ ਦੀਆਂ ਬੜਾ ਮਾਹੌਲ ਉਧਰ ਵੀ ਕੀ ਨਾਂ ਦੱਸਿਆ ਤੁਹਾਡੇ ਪਿੰਡ ਦਾ ਸਾਡੇ ਪਿੰਡ ਦਾ ਨਾਂ ਸੀ ਕਾਸੋ ਦੀ ਬਸੀ ਕਾਸੋ ਦੀ ਬਸੀ ਬਸੀਆਂ ਸੀ 12 ਹਾਂ ਮਹਿਮੂਦੇ ਦੀ ਬਸੀ ਇਦਾਂ ਸਾਰੇ ਨਾਂ ਸੀ ਵੱਖਰੇ ਵੱਖਰੇ ਹਾਂ ਅਸੀਂ ਉੱਥੇ ਨਾ ਹਾਂ ਪਿੰਡ 'ਚ ਰਹਿੰਦੇ ਸੀ ਹਾਂ ਨਾਲ ਹੀ ਪਿੰਡ ਸੀ ਯਾਰ ਸਰਦਾਰ ਸਾਨੂੰ ਉਦੋਂ ਨਾ ਉਹਨਾਂ ਨੇ ਦਿੱਤੀ ਸੀ ਇਹ ਜਗ੍ਹਾ ਮਤਲਬ ਅੰਗਰੇਜ਼ਾਂ ਨੇ ਹਾਂ ਬੰਦਾ ਕੋਈ ਨਹੀਂ ਰੌਣਕ ਕੋਈ ਨਹੀਂ ਸੀ ਉਹ ਕਹਿੰਦੇ ਰੌਣਕਾਂ ਦੀ ਕਹਿੰਦੇ ਭਾਂਡੇ ਵਿਕਦੇ ਬਰਤਨ ਉਹ ਲਿਖ ਕੇ ਦੇਤੀ ਅੰਗਰੇਜ਼ ਨੇ ਹੁਣ ਕਿਹਾ ਕਮੇਟੀ ਜਗ੍ਹਾ 'ਤੇ ਭਾਂਡੇ ਹੀ ਵਿਕਣਗੇ ਭਾਂਡੇ ਵਿਕਣ ਹਾਂ ਉਹਨੇ ਭਾਂਡੇ ਅੱਲਾ ਜਾ ਤੋਂ ਲੰਘਦਾ ਨਹੀਂ ਸੀ ਉੱਥੋਂ ਕੋਈ ਭਾਂਡੇ ਵਿਕਦੇ ਰਚ ਪਿਆ ਹੁੰਦਾ ਸੀ ਹੁਣ ਤਾਂ ਬਹੁਤ ਦੁਨੀਆ ਹੋ ਗਈ ਸੀ ਨਾ ਅੱਛਾ ਉਦੋਂ ਲਾਗੇ ਲਾਗੇ ਪਿੰਡਾਂ 'ਚ ਸਰਦਾਰ ਹੈਗੇ ਸੀਗੇ ਸਰਦਾਰ ਉਹਦੇ ਬਥੇਰੇ ਸੀ ਸਾਨੂੰ ਨਾ ਅਸੀਂ ਤਾਂ ਨਿਕਲੇ ਗਏ ਸੀ ਨਾ ਸਾਡੇ ਅੱਬੇ ਨੂੰ ਪਤਾ ਸਾਰੇ ਅੱਛਾ ਭਰੀਆਂ ਕਰਨ ਜਾਂਦਾ ਸੀ ਭਰੀਆਂ 'ਚ ਕਰ ਲੈਂਦੇ ਹੁੰਦੇ ਸੀ ਉਹ ਕਹਿੰਦਾ ਨਾ ਸਰਦਾਰ ਦੱਸਦੇ ਹੁੰਦੇ ਪਿੰਡ ਸਾਡਾ ਹਾਲੇ ਵੀ ਹੋਣਾ ਆਹੋ ਹੈਗਾ ਪਿੰਡ ਤੇ ਹੈਗੇ ਹੀ ਆ ਪਿੰਡ ਹੈਗੇ ਉਹ ਨਾ ਬਾਵਾ ਪਿੰਡ ਸੀ ਯਾਰ ਨਾਲ ਸੀ ਕਾਸੋ ਦੀ ਬਸੀ ਪਿੰਡ ਚੰਗਾ ਭਲਾ ਸੀ ਹੋਰ ਬੰਦੇ ਵੀ ਠੀਕ ਠਾਕ ਸੀ ਉੱਥੇ ਨੰਬਰਦਾਰ ਦਾ ਪਤਾ ਕੌਣ ਸੀ ਤੁਹਾਡੇ ਪਿੰਡ ਦਾ ਨੰਬਰਦਾਰ ਸਾਡੇ ਪਿੰਡ ਉਹ ਪਠਾਨ ਸੀ ਜਿਹਨਾਂ ਦੀ ਜ਼ਮੀਨ ਸੀ ਥੋੜੀ ਥੋੜੀ ਅੱਛਾ ਪਠਾਨ ਕਹਾਉਂਦੇ ਸੀ ਉਹ ਵੀ ਆ ਗਏ ਇੱਧਰ ਹੀ ਵਿਚਾਰੇ ਉਹਨਾਂ ਦੀ ਜ਼ਮੀਨ ਸੀ ਬਸ ਨਾ ਜ਼ਮੀਨ ਉਹ ਭਾਈ 47 ਤੋਂ ਪਹਿਲੇ ਕਦੀ ਸੁਣੀ ਸੀ ਯਾਰ ਵੰਡ ਹੋਣੀ ਆ ਸਾਨੂੰ ਜਾਣਾ ਪੈਣਾ ਜਾਂ ਇਦਾਂ ਨਹੀਂ ਉਹ ਸਾਡਾ ਮੇਰਾ ਬਾਬਾ ਸਾਡਾ ਕਹਿੰਦਾ ਹੁੰਦਾ ਸੀ ਉਹਨਾਂ ਨੇ ਕਿਹਾ ਜੀ ਇਹ ਨਾ ਵੰਡ ਪੈਣੀ ਤਾਂ ਹੁਣ ਕੰਮ ਨਾ ਖਰਾਬ ਹੋ ਜਾਣਾ ਯਾਰ ਉਹਨੇ ਕਿਹਾ ਸੀ ਸਾਡਾ ਤਾਂ ਅਸੀਂ ਤਾਂ ਪੰਜਾਬ 'ਚ ਬੈਠੇ ਸਾਨੂੰ ਕਹਿੰਦਾ ਅਸੀਂ ਨਹੀਂ ਉੱਠਣਾ ਜਿਹੜੇ ਆ ਧਾਲ ਦਾ ਮੁਕਾਮ ਆਇਆ ਸਰਦਾਰ ਜੀ ਤੇ ਉੱਠਣਾ ਪਿਆ ਯਾਰ 12 ਸੂਰ ਮਤਲਬ ਆਪ ਨਹੀਂ ਉੱਠੇ ਸੀ ਮਜਬੂਰੀ ਤੋਂ ਹੀ ਉੱਠਣਾ ਮਜਬੂਰੀ ਤੈਨੂੰ ਕਿਹਾ ਸੀ ਨਹੀਂ ਉੱਠਣਾ ਅਸੀਂ ਤਾਂ ਆਪਣਾ ਹਰ ਚੀਜ਼ ਸੱਟ ਕੀਤੀ ਸੀ ਦਾਣੇ ਸਿੱਟੇ ਮੇਰੇ ਅੱਬੇ ਨੇ ਉਹਦੇ ਲਾ ਲਾ ਕੇ ਭਰੀਆਂ ਅੰਦਰ ਪਾਲੀਆਂ ਵਿੱਚ ਧੋਏ ਉੱਥੇ ਲਾਏ 20 ਕਿਲੋ ਘੇ ਜੋੜਿਆ ਸੀ ਉਹ ਅਸੀਂ ਪਿੰਨੀਆਂ ਬੱਟੀਆਂ ਅੱਛਾ ਜੱਟ ਦਾ ਗੁੱਲਰ ਆਪਣਾ ਅਜੇ ਆਪਣਾ ਉਹ ਦਵਾ ਕਿੰਨੇ ਦਿਨ ਲੱਗੇ ਫਿਰ ਕਾਫਲੇ 'ਚ
ਕਾਫਲਾ ਉੱਥੇ ਦੋ ਤਿੰਨ ਮਹੀਨੇ ਉੱਥੇ ਬੈਠੇ ਰਹੇ, ਉਹ ਮੀਂਹ ਪੈਂਦੇ ਰਹੇ, ਮੀਂਹ ਬਹੁਤ ਪੈ ਗਿਆ, ਬਸ ਚੁੱਪ ਭਲੀ। ਨਸੀਰ ਦੀਨ ਇਹਨਾਂ ਦੇ ਕੀ ਲੱਗਦੇ ਤੁਸੀਂ? ਆਪਣੇ ਸਾਡੇ। ਅੱਛਾ ਅੱਛਾ, ਤੇ ਹੁਣ ਉਮਰ ਕਿੰਨੀ ਕੁ ਹੋ ਗਈ ਤੁਹਾਡੀ? ਹੁਸ਼ਿਆਰਪੁਰ ਲਾਗੇ ਸੀਗਾ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀਗਾ, ਕੋਈ ਯਾਦ ਆ? ਨੰਬਰਦਾਰ ਆਹੋ ਬਜ਼ੁਰਗੋ, ਪਿੰਡ ਚੇਤੇ ਆਂਦਾ ਤੁਹਾਨੂੰ? ਪਿੰਡ ਚੇਤੇ ਆਂਦਾ? ਹਾਂ, ਪਿੰਡ ਚੇਤੇ ਨੀ ਆਉਂਦਾ, ਜਿੱਥੇ ਰਹੀਏ ਉੱਥੇ ਫਿਰ ਚੇਤੇ ਵੀ ਨੀ ਆਉਂਦਾ। ਕਾਸੋ ਦੀ ਬਸੀ, ਕਾਸੋ ਦੀ ਬਸੀ ਕਿੱਦਾਂ ਰਸਤੇ ਦੇ ਵਿੱਚ ਵੈਸੇ ਕਿੱਦਾਂ ਆਏ ਸੀ ਤੁਸੀਂ? ਅਸੀਂ ਤੁਰ ਕੇ ਹੀ ਆਏ ਸੀ। ਖੋਤੀਆਂ ਖਾਤੀਆਂ ਸੀਗੀਆਂ ਨਾ, ਉਹ ਥੋੜਾ ਬਹੁਤਾ ਸਮਾਨ ਸੀ, ਮੱਝਾਂ ਵੀ ਛੱਡ ਦਿੱਤੀਆਂ, ਹੜ ਸ਼ਾਹ ਛੱਡ ਦਿੱਤੀ, ਬੜਬੜਿਆ ਸੀ ਕੰਮ ਸੇ ਸਾਡੇ। ਅੱਛਾ ਹਾਂ, ਖੜੇ ਪੈਰ ਸਾਨੂੰ ਉਹਨਾਂ ਸਾ ਲਿਆ, ਉਹ ਚੂੜੀ ਦੱਸਦੀ ਸੀ ਅੱਜ ਤੁਹਾਡੇ ਪਿੰਡ ਜਸਾ ਪੈਣਾ ਸੀ, ਇਹਨੂੰ ਨਿਕਲ ਜਾਓ, ਸਰ ਉੱਠਣਾ ਪਿਆ ਚੱਕ ਸੀਗਾ ਫਿਰ। ਆਹੋ, ਕਿੰਨੇ ਦਿਨ ਲੱਗੇ ਆਉਣ 'ਚ? ਉਹ ਆਉਣ ਕੇ ਤਾਂ ਫਿਰ ਤਾਂ ਨਹੀਂ ਨਾ ਹੈਗਾ, ਬਹੁਤ ਦਿਨ ਲੱਗੇ ਆ। ਦਿਨ ਬਹੁਤ ਲੱਗੇ, ਤੇ ਫਿਰ ਰੋਟੀ ਕਿੱਥੋਂ ਖਾਂਦੇ ਰਹੇ ਹੋ? ਹੈਗਾ ਸੀ ਮਾਲ, ਹੋਰ ਉਹ ਮਾਲ ਖੋਤੀਆਂ ਦੇ ਕੋਕ ਨਾ, ਖੋਤੀਆਂ ਲੱਦੀਆਂ ਸੀ ਮਾਲ ਦੀ। ਅੱਛਾ, ਪੈਸੇ ਬਹੁਤ ਸੀਗੇ, ਚਾਂਦੀ ਦੇ ਰੁਪਈਏ ਯਾਰ, ਦੋ ਬਿੰਡ ਭਰ ਲੈ ਖੋਤੀ ਉੱਤੇ ਲਾ ਗਏ ਨਾ, ਉਹ ਬਿੰਡ ਭਰੇ ਸੀ ਗੁਸਲੀਆਂ ਕਰਕੇ ਨਾ, ਚਾਂਦੀ ਦੇ ਰੁਪਈਏ ਖਾ ਲੈ, ਚਾਂਦੀ ਪੈ ਪੂਰਾ ਨਾ ਤੋਲੇ ਦਾ ਰੁਪਈਆ ਸੀ, ਅਸੀਂ ਗੋਜਰੇ ਆ ਕੇ ਸਾਰੇ ਵੇਚੇ, ਜਿੱਦਾਂ ਰਿਆਲ ਵਿਕਦਾ ਨਾ ਵੱਧ ਵਿਕਦੇ ਸੀ। ਅੱਛਾ, ਚਾਂਦੀ ਯਾਰ ਖਾ ਲੈ ਸੀ, ਰੁਪਈਆ ਚਾਂਦੀ ਦਾ ਪਾਉਂਦਾ ਸੀ, ਹੋਰ ਕੱਖ ਬਣਿਆ ਤਾਂ ਹੁਣ ਪੈ ਜਾਂਦਾ ਕਾਗਜ਼ ਲਾਈ, ਇਹਨਾਂ ਨੂੰ ਫੜਾ ਲਿਆਓ ਜੀ ਪਿੰਡ, ਇਹਨਾਂ ਦੀ ਖੁਆਇਸ਼ ਆ। ਖੁਆਇਸ਼ ਬਜ਼ੁਰਗੋ, ਖੁਆਇਸ਼ ਮੁੰਡੇ ਤੁਹਾਡੇ ਦੱਸਦੇ ਆ, ਤੁਹਾਡੀ ਖੁਆਇਸ਼ ਦੱਸਣ ਤੁਸੀਂ ਕੁਛ ਵੀ ਨਹੀਂ ਦੇ? ਨਹੀਂ ਦੱਸਣ ਤੇ ਡਏ ਆ, ਮੰਮਾ ਤੂੰ ਹੁਕਮ ਕਰ ਜਾਣਾ ਨਾ, ਉਹ ਕਿੱਥੇ ਜਾਣਾ ਨਾ। ਮੈਂ ਉਮਰ ਕਿੰਨੀ ਸੀ ਤੁਹਾਡੀ? ਬਾਬਾ ਸੀ ਉਮਰ ਉਹ। ਅੱਛਾ, ਬਾਬਾ ਸੀ ਯਾਰ ਯਾਰ ਦੋ ਖੋਤੀਏ, ਤੇ ਹੁਣ ਤੈਨੂੰ ਪਤਾ ਲੈ ਜਾਂਦਾ ਸੀ ਭਾਂਡੇ, ਮੈਂ ਭਾਂਡੇ ਕਿੱਥੇ ਵੇਚਦੇ ਸੀ? ਹੁਸ਼ਿਆਰਪੁਰ। ਹੁਸ਼ਿਆਰਪੁਰ ਵੇਚਦੇ? ਅੱਛਾ, ਹੁਸ਼ਿਆਰਪੁਰ ਮੰਡੀ ਲੱਗਦੀ ਸੀ ਅੱਠੇ ਦਿਨ ਜੁਮਾ। ਕਿਹੜੀ ਜਗ੍ਹਾ ਤੇ? ਜੁਮਾ ਹੈ ਕਿਹੜੀ ਜਗ੍ਹਾ ਤੇ ਮੰਡੀ ਲੱਗਦੀ? ਵਿਚਕਾਰ ਕਰਕੇ ਲੱਗਦੀ ਸੀ ਮੰਡੀ। ਅੱਛਾ, ਕਮੇਟੀ ਦੀ ਜਗ੍ਹਾ ਸੀ ਉਹ, ਕਮੇਟੀ ਦੀ ਜਗ੍ਹਾ ਸੀ ਉਹ। ਅੱਛਾ, ਉਹ ਲਾਈ ਸੀ ਭਾਂਡਿਆਂ ਵਾਲਿਆਂ ਨੇ ਨਾ, ਹਾਂ ਅੰਗਰੇਜ਼ ਨੇ। ਅੱਛਾ, ਉੱਥੇ ਫਿਰ ਅਸੀਂ ਭਾਂਡੇ ਸਾਰੇ ਲੈ ਕੇ ਵੇਚਦੇ ਨਾ, ਜਿਹਦੇ ਫਿਰ ਚਲੇ ਜਾਣਾ, ਫਿਰ ਦੁਕਾਨਾਂ ਹੁੰਦੀਆਂ ਸੀ ਉੱਥੇ ਬੰਦਾ ਲਾ। ਉਦੋਂ ਕੀ ਕੀ ਚੀਜ਼ਾਂ ਬਣਾਉਂਦੇ ਸੀ ਤੁਸੀਂ? ਭਾਂਡੇ ਆਹੀ ਭਾਂਡੇ ਆਮ ਹੀ, ਉਦੋਂ ਤੇ ਦੂਸਰੇ ਸਟੀਲ ਦੇ ਜਾਂ ਦੂਸਰੇ ਪਲਾਸਟਿਕ ਦੀਆਂ ਥਾਲੀਆਂ ਦੇ ਹੁੰਦੀਆਂ ਨਹੀਂ, ਕੱਚੀ ਮਿੱਟੀ ਦੇ ਭਾਂਡੇ ਬਣਾਉਂਦੇ। ਆਹੋ,
ਤੇ ਹੋਰ ਕੀ ਕੀ ਹੁਣ ਤੇ ਸਿਰਫ ਘੜੇ ਬਣਦੇ ਆ ਜ਼ਿਆਦਾ ਮਿੱਟੀ ਬਣਦੇ ਭਾਂਡੇ ਉਹ ਉਹ ਉਦੋਂ ਕਿਹੜੀ ਕਿਹੜੀ ਚੀਜ਼ ਬਣਾ ਕੇ ਵੇਚਦੇ ਸੀ ਯਾਰ ਆ ਚਾਟੀਆਂ ਚੂਟੀਆਂ ਆਹੋ ਚਾਟੀਆਂ ਚਾ ਚਾਟੀਆਂ ਦੇਸੀ ਕੰਡੇ ਦੀਆਂ ਹੁੰਦੀਆਂ ਸੀ ਅੱਛਾ ਕੁੰਡੇ ਚਾਟੀਆਂ ਫਿਰ ਉਹ ਹੁੰਦੇ ਸੀ ਦੂਏ ਛੋਟੇ ਦਾ ਭਾਂਡੇ ਅੱਛਾ ਉਹ ਵੀ ਬਣਾ ਲੈਂਦੇ ਸੀ ਹਰ ਸ਼ਾ ਬਣਾ ਲੈਂਦੇ ਸੀ ਅੱਛਾ ਹਾਂ ਤੇ ਕਿੰਨੇ ਕਦੇ ਵਿਕ ਜਾਂਦੇ ਸੀ ਉੱਥੇ ਜੁਮੇ ਵਾਲੇ ਦਿਨ ਕਿੰਨੀ ਕੁ ਸੇਲ ਹੋ ਜਾਂਦੀ ਸੀ ਸੇਲ ਹੋ ਜਾਂਦੀ ਸੀ ਬਾਬਾ ਅੱਛਾ ਹਾਂ ਦਾਰ ਜੀ ਉਹਦਾ ਰੁਪਿਆ ਸੀ ਨਾ ਕਿ ਬਾਸ ਕਸਮ ਰੱਬ ਦੀ ਉਹਦਾ ਇੱਥੇ ਦਾ ਹੈ ਨਾ ਕਾਗਜ਼ ਕੋਲ ਪੂਰੀ ਚਾਂਦੀ ਦਾ ਖਾਲ ਸਿਰ ਤੇ ਕਿੰਨਾ ਦਮੜੀ ਚੱਲਦੀ ਸੀ ਉਧਰ ਅੱਛਾ ਉਹਦਾ ਵੀ ਕੋਈ ਆਣਾ ਤੇ ਲੱਗਾ ਤੇ ਹੁਣ ਕਦੋਂ ਜਾਣਾ ਫੇਰ ਅੱਜ ਹੀ ਲੈ ਜਾਓ ਅੱਜ ਹੀ ਲੈ ਜੀ ਹਾਂ ਨਹੀਂ ਲਿਆਓ ਲਿਆ ਸਕਦੇ ਤੇ ਲੈ ਜਾਓ ਆ ਬਜ਼ੁਰਗ ਆ ਜਿਹੜਾ ਮੋਬਾਈਲ ਹੈ ਨਾ ਹਾਂਜੀ ਇਹ ਤੁਹਾਨੂੰ ਲਿਜਾ ਸਕਦਾ ਅੱਛਾ ਹਾਂ ਤੁਸੀਂ ਦੱਸੋ ਤੁਹਾਡਾ ਪਿੰਡ ਕਿੱਦਾਂ ਦਾ ਸੀ ਕਿੱਦਾਂ ਰਹਿਣ ਸਹਿਣ ਸੀ ਗੱਲਾਂ ਚਾਰ ਦੱਸੋ ਨਾ ਅਸੀਂ ਤਾਂ ਦੱਸ ਦਿੰਦੇ ਹੈਗੇ ਤੁਹਾਨੂੰ ਹੁਸ਼ਿਆਰਪੁਰ ਦਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਸੀਗਾ ਨਹੀਂ ਕਿੱਦਾਂ ਰਹਿੰਦੇ ਸੀ ਉੱਥੇ ਕੱਚੇ ਘਰ ਸੀਗੇ ਕੱਚੇ ਹੀ ਪਿੰਡ 'ਚ ਮਸੀਤ ਵੀ ਪੱਕੇ ਵੀ ਸੀਗੇ ਕੱਚੇ ਵੀ ਸੀ ਪੱਕੇ ਵੀ ਸੀਗੇ ਅੱਛਾ ਹੋਰ ਯਾਰ ਮਾਜਦਾਂ ਦੀਆਂ ਸੀ ਖੜੇ ਦੋ ਕੇ ਇੱਕ ਸੀ ਤੇ ਇਹ ਅਸੀਂ ਨਾ ਤੇਰੀ ਕੀ ਪਰ ਦਸਾਈ ਇਹ ਦਸੀ ਹੈ ਦੱਸੋ ਦੱਸੋ ਬਹਿਜਾ ਬਹਿਜਾ ਸੀ ਅੱਛਾ ਹਾਂ ਬੜਾ ਠੀਕ ਠਾਕ ਸੀਗੇ ਕੋਈ ਰਸਤੇ ਚ ਕੋਈ ਕਤਲੋ ਗਾਰਤ ਨੀ ਹੋਈ ਅਗਲੇ ਪਾਸੇ ਉਹ ਸੀਗੇ ਉਹ ਜਿਹੜੇ ਲੰਘਣ ਲੱਗੇ ਨਾ ਪਾਣੀ ਦਾ ਛਾਲਾ ਆਇਆ ਅਸੀਂ ਨਾਲ ਨਾਲ ਬੈਠੇ ਸੀਗੇ ਨਾ ਦਰਿਆ ਦੇ ਨਾਲ ਨਾਲ ਬੈਠੇ ਸੀਗੇ ਕਿਹੜੀ ਜਗ੍ਹਾ ਤੇ ਕਿਹੜਾ ਮੇਲਾ ਲੱਗਦਾ ਸੀ ਵੱਡਾ ਮੇਲਾ ਸ਼ਾਹ ਨੂਰ ਜਮਾਤ ਦਾ ਲੱਗਦਾ ਸੀ ਹਰਿਆਣੇ ਦਾ ਮੇਲਾ ਲੱਗਦਾ ਸੀ ਫਿਰ ਅੱਗੇ ਹੁਸ਼ਿਆਰਪੁਰ ਦਾ ਲੱਗਦਾ ਸੀ ਹੋਰ ਸਭ ਕੁਛ ਹੁੰਦਾ ਸੀ ਅੱਲਾ ਦੀ ਮਿਹਰਬਾਨੀ ਨਾਲ ਅਸੀਂ ਮਾੜੇ ਬੋਟੇ ਤੇ ਨਹੀਂ ਨਾ ਸੀਗੇ ਚੰਗੇ ਭਲੇ ਖਾਨਦਾਨ ਬੰਦੇ ਸੀ ਅਸੀਂ ਚਲੋ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਬਜ਼ੁਰਗੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਗੱਲਾਂ ਅਸੀਂ ਰਿਕਾਰਡ ਕੀਤੀਆਂ ਮੈਂ ਐਵੇਂ ਬਾਹਰ ਲੰਘ ਦੇ ਅਸੀਂ ਤੁਹਾਨੂੰ ਵੇਖਿਆ ਦਿਲ ਕੀਤਾ ਤੁਹਾਡੇ ਨਾਲ ਗੱਲ ਕਰਨ ਦੀ ਠੀਕ ਹੋ ਗਿਆ ਜੀ